LibreOffice Draw ਵਿੱਚ flowcharts, glue points ਅਤੇ bezier curves ਉੱਤੇ spoken tutorial ਵਿੱਚ ਤੁਹਾਡਾ ਸਵਾਗਤ ਹੈ। ਇਸ tutorial ਵਿੱਚ ਤੁਸੀਂ bezier curves ਅਤੇ flowcharts ਬਣਾਉਣਾ ਸਿੱਖੋਗੇ। ਤੁਸੀਂ ਇਹ ਵੀ ਸਿੱਖੋਗੇ ਕਿ connectors ਅਤੇ glue points ਦਾ ਪ੍ਰਯੋਗ ਕਰਕੇ flowcharts ਨੂੰ ਕਿਵੇਂ ਜੋੜਦੇ ਹਨ। ਇੱਥੇ ਅਸੀਂ Ubuntu Linux version 10.04 ਅਤੇ LibreOffice Suite version 3.3.4 ਦਾ ਪ੍ਰਯੋਗ ਕਰ ਰਹੇ ਹਾਂ। ਹੁਣ bezier curves ਦੇ ਬਾਰੇ ਵਿੱਚ ਸਿੱਖਦੇ ਹਾਂ। bezier curves ਮੁੱਖ ਤੌਰ ਤੇ curves ਨੂੰ smooth ਬਣਾਉਣ ਲਈ ਕੰਪਿਊਟਰ ਗ੍ਰਾਫਿਕਸ ਵਿੱਚ ਪ੍ਰਯੋਗ ਹੁੰਦੇ ਹਨ। ਤੁਸੀਂ ਇਨ੍ਹਾਂ curves ਨੂੰ curves ਦੇ ਆਕਾਰ ਅਤੇ shapes ਦੇ ਨਾਲ ਪਰੀਖਣ ਕਰਨ ਲਈ ਇਸਤੇਮਾਲ ਕਰ ਸਕਦੇ ਹੋ। ਸਾਰੇ curves ਦਾ ਸ਼ੁਰੂਆਤੀ ਅਤੇ ਅੰਤਮ ਪੁਆਇੰਟ ਹੁੰਦਾ ਹੈ। curve ਉੱਤੇ ਪੁਆਇੰਟਸ ਨੋਡਸ ਦੀ ਤਰ੍ਹਾਂ ਸੰਬੰਧਿਤ ਹੁੰਦੇ ਹਨ। ਹੁਣ ਆਪਣੀ ਰੂਟ ਮੈਪ ਫਾਈਲ ਉੱਤੇ ਜਾਂਦੇ ਹਾਂ। ਹੁਣ ਹੋਮ ਵੱਲੋਂ ਕਮਰਸ਼ੀਅਲ ਕੰਪਲੈਕਸ ਉੱਤੇ ਜਾਂਦੇ ਹਾਂ। ਅਜਿਹਾ ਕਰਨ ਦੇ ਲਈ ਸਾਨੂੰ ਪਾਰਕਿੰਗ ਲਾਟ ਵਿੱਚੋਂ ਸੱਜੇ ਪਾਸੇ ਵੱਲ ਜਾਣਾ ਹੈ। ਯਾਦ ਰੱਖੋ, ਪਿਛਲੀ ਵਾਰ ਅਸੀਂ ਡਰਾਇੰਗ ਦਾ ਸਮੂਹ ਬਣਾਇਆ ਸੀ, ਸੋ ਹੁਣ ਇਸ ਦਾ ਸਮੂਹ ਹਟਾਉਂਦੇ ਹਾਂ। ਹੁਣ ਡਰਾਇੰਗ ਟੂਲ ਬਾਰ ਵਿੱਚੋਂ ਕਰਵ ਉੱਤੇ ਕਲਿੱਕ ਕਰੋ ਅਤੇ ਕਰਵ ਚੁਣੋ। ਡਰਾ ਪੇਜ ਉੱਤੇ ਰਸਤੇ ਦੇ ਸ਼ੁਰੂਆਤੀ ਪੁਆਇੰਟ ਉੱਤੇ ਕਲਿੱਕ ਕਰੋ। ਇਹ ਹੋਮ ਹੈ। ਮਾਊਸ ਦੇ ਖੱਬੇ ਬਟਨ ਨੂੰ ਦਬਾਓ ਅਤੇ ਇਸ ਨੂੰ ਪਲੇਗਰਾਉਂਡ ਤੱਕ ਖਿੱਚੋ। ਤੁਸੀਂ ਇੱਕ ਸਿੱਧੀ ਲਕੀਰ ਦੇਖੋਗੇ। ਮਾਊਸ ਬਟਨ ਨੂੰ ਛੱਡੋ। ਹੁਣ ਪੁਆਇੰਟਰ ਨੂੰ ਕਮਰਸ਼ੀਅਲ ਕੰਪਲੈਕਸ ਤੱਕ ਮੂਵ ਕਰੋ। ਲਕੀਰ ਕਰਵ ਹੋਵੇਗੀ ਜਿਵੇਂ ਜਿਵੇਂ ਮਾਊਸ ਮੂਵ ਹੋਵੇਗਾ। ਅੰਤਿਮ ਪੁਆਇੰਟ ਉੱਤੇ ਡਬਲ ਕਲਿੱਕ ਕਰੋ ਜੋ ਕਿ ਕਮਰਸ਼ੀਅਲ ਕੰਪਲੈਕਸ ਹੈ। ਅਸੀਂ ਇੱਕ ਕਰਵ ਬਣਾ ਲਿਆ ਹੈ। ਧਿਆਨ ਦਿਓ ਕਿ ਕਰਵ ਦੀ ਤਬਦੀਲੀ ਸਮੂਥ ਹੈ। ਹੁਣ ਅਸੀਂ ਐਡਿਟ ਪੁਆਇੰਟਸ ਟੂਲਬਾਰ ਦਾ ਪ੍ਰਯੋਗ ਕਰਕੇ ਇਸ ਕਰਵ ਉੱਤੇ ਪੁਆਇੰਟਸ ਨੂੰ ਐਡਿਟ ਕਰਦੇ ਹਾਂ। ਕਰਵ ਉੱਤੇ ਕਲਿੱਕ ਕਰੋ। ਐਡਿਟ ਪੁਆਇੰਟਸ ਟੂਲਬਾਰ ਨੂੰ ਐਨੇਬਲ ਕਰਨ ਦੇ ਲਈ ਕਰਵ ਉੱਤੇ ਰਾਈਟ ਕਲਿੱਕ ਕਰੋ ਅਤੇ ਐਡਿਟ ਪੁਆਇੰਟਸ ਚੁਣੋ। ਜਦੋਂ ਕਰਵ ਦੇ ਅੰਤ ਪੁਆਇੰਟਸ ਉੱਤੇ ਨੀਲੇ ਬਾਕਸ ਦਿਖਾਈ ਦਿੰਦੇ ਹਨ ਤਾਂ ਅਸੀਂ ਕਰਵ ਐਡਿਟ ਕਰ ਸਕਦੇ ਹਾਂ। ਕਰਵ ਦੇ ਸ਼ੁਰੂਆਤੀ ਪੁਆਇੰਟ ਉੱਤੇ ਕਲਿੱਕ ਕਰੋ। ਤੁਸੀਂ ਕੰਟਰੋਲ ਪੁਆਇੰਟ ਦੇ ਨਾਲ ਡੋਟਿਡ ਲਕੀਰ ਵੇਖ ਸਕਦੇ ਹੋ। ਹੁਣ ਤੁਸੀਂ ਜ਼ਰੂਰਤ ਦੇ ਅਨੁਸਾਰ ਕਰਵ ਨੂੰ ਵਧਾਉਣ ਜਾਂ ਘਟਾਉਣ ਲਈ ਡੋਟਿਡ ਲਕੀਰ ਨੂੰ ਖਿੱਚ ਸਕਦੇ ਹੋ। ਇੱਕ ਵਾਰ ਬਦਲਾਵ ਕਰਨ ਤੋਂ ਬਾਅਦ ਡਰਾ ਪੇਜ ਉੱਤੇ ਕਿਤੇ ਵੀ ਡਬਲ ਕਲਿੱਕ ਕਰੋ। ਇੱਕ ਕਰਵ ਨੂੰ ਸਮੂਥ ਬਣਾਉਣ ਲਈ ਤੁਸੀਂ ਐਡਿਟ ਪੁਆਇੰਟਸ ਟੂਲਬਾਰ ਦਾ ਪ੍ਰਯੋਗ ਕਰਕੇ ਕਰਵ ਉੱਤੇ ਪੁਆਇੰਟਸ ਨੂੰ ਇਨਸਰਟ, ਮੂਵ ਅਤੇ ਮਿਟਾ ਸਕਦੇ ਹੋ। ਇੱਥੇ ਤੁਹਾਡੇ ਲਈ ਇੱਕ ਛੋਟੀ ਜਿਹੀ ਅਸਾਈਨਮੈਂਟ ਹੈ। ਐਡਿਟ ਪੁਆਇੰਟਸ ਟੂਲਬਾਰ ਦਾ ਪ੍ਰਯੋਗ ਕਰਕੇ ਬੇਜ਼ੀਅਰ ਕਰਵਸ ਬਣਾਓ ਅਤੇ ਸਾਰੇ ਵਿਕਲਪਾਂ ਦੇ ਨਾਲ ਕਾਰਜ ਕਰੋ। ਹੁਣ ਫਲੋ ਚਾਰਟਸ ਬਣਾਉਣਾ ਸਿੱਖਦੇ ਹਾਂ। ਹੁਣ ਰੂਟ ਮੈਪ ਫਾਈਲ ਉੱਤੇ ਦੋ ਨਵੇਂ ਪੇਜ ਜੋੜਦੇ ਹਾਂ। ਡਰਾ ਫਲੋ ਚਾਰਟਸ ਲਈ ਡਰਾਇੰਗ ਟੂਲਬਾਰ ਵਿੱਚ ਵੱਖ ਵਿਕਲਪ ਪ੍ਰਦਾਨ ਕਰਦਾ ਹੈ। ਇਹ ਫਲੋ ਚਾਰਟ ਸਪੋਕਨ ਟਿਊਟੋਰੀਅਲ ਪ੍ਰਕਿਰਿਆ ਵਿੱਚ ਸਾਰੇ ਪੜਾਅ ਦਿਖਾਉਂਦਾ ਹੈ। ਹੁਣ ਇਸ ਫਲੋ ਚਾਰਟ ਨੂੰ ਦਿਖਾਉਂਦੇ ਹਾਂ। ਡਰਾਇੰਗ ਟੂਲਬਾਰ ਵਿੱਚੋਂ ਫਲੋ ਚਾਰਟਸ ਉੱਤੇ ਕਲਿੱਕ ਕਰੋ। ਛੋਟੇ ਕਾਲੇ ਤਿਕੋਣ ਉੱਤੇ ਕਲਿੱਕ ਕਰੋ ਅਤੇ ਫਲੋ ਚਾਰਟ ਪ੍ਰੋਸੈਸ ਚੁਣੋ। ਕਰਸਰ ਨੂੰ ਡਰਾ ਪੇਜ ਉੱਤੇ ਰੱਖੋ, ਮਾਊਸ ਦਾ ਖੱਬਾ ਬਟਨ ਦਬਾ ਕੇ ਰੱਖੋ ਅਤੇ ਇਸ ਨੂੰ ਹੇਠਾਂ ਖਿੱਚੋ। ਤੁਸੀਂ ਇੱਕ ਪ੍ਰੋਸੈਸ ਬਾਕਸ ਬਣਾ ਲਿਆ ਹੈ। ਪ੍ਰੋਸੈਸ ਬਾਕਸ ਪੂਰੀ ਪ੍ਰਕਿਰਿਆ ਵਿੱਚ ਇੱਕ ਸਟੈਪ ਜਾਂ ਇੱਕ ਇਵੈਂਟ ਦਿਖਾਉਂਦਾ ਹੈ। ਅਸੀਂ ਫਲੋ ਚਾਰਟ ਆਬਜੈਕਟਸ ਵਿੱਚ ਵੀ ਟੈਕਸਟ ਇਨਸਰਟ ਕਰ ਸਕਦੇ ਹਾਂ। ਪ੍ਰੋਸੈਸ ਬਾਕਸ ਉੱਤੇ ਡਬਲ ਕਲਿੱਕ ਕਰੋ ਅਤੇ ਇਸ ਦੇ ਅੰਦਰ ਟੈਕਸਟ ਕ੍ਰੀਏਟ ਦਾ ਟਿਊਟੋਰੀਅਲ ਆਊਟਲਾਈਨ ਟੂ ਚੰਕ ਕੰਟੈਂਟ ਇੰਟੂ 10 ਮਿੰਟ ਸਕ੍ਰਿਪਟਸ ਟਾਈਪ ਕਰੋ। ਫਲੋ ਚਾਰਟ ਲਈ ਫਾਰਮੈਟਿੰਗ ਵਿਕਲਪ ਬਾਕੀ ਆਬਜੈਕਟਸ ਦੀ ਤਰ੍ਹਾਂ ਸਮਾਨ ਹੈ। ਹੁਣ ਪ੍ਰੋਸੈਸ ਬਾਕਸ ਦੇ ਅੰਦਰ ਟੈਕਸਟ ਅਲਾਈਨ ਕਰਦੇ ਹਾਂ। ਹੁਣ ਟੈਕਸਟ ਚੁਣਦੇ ਹਾਂ। ਕੰਟੈਕਸਟ ਮੈਨਿਊ ਦੇਖਣ ਦੇ ਲਈ ਰਾਈਟ ਕਲਿੱਕ ਕਰੋ ਅਤੇ ਟੈਕਸਟ ਉੱਤੇ ਕਲਿੱਕ ਕਰੋ। ਟੈਕਸਟ ਡਾਇਲੋਗ ਬਾਕਸ ਦਿਸਦਾ ਹੈ। ਟੈਕਸਟ ਡਾਇਲੋਗ ਬਾਕਸ ਵਿੱਚ ਰੀਸਾਈਜ਼ ਸ਼ੇਪ ਟੂ ਫਿੱਟ ਟੈਕਸਟ ਵਿਡਥ ਬਾਕਸ ਉੱਤੇ ਟਿਕ ਕਰੋ। ਓਕੇ ਉੱਤੇ ਕਲਿੱਕ ਕਰੋ। ਤੁਸੀਂ ਵੇਖੋਗੇ ਕਿ ਟੈਕਸਟ ਨੂੰ ਫਿੱਟ ਕਰਨ ਦੇ ਲਈ ਪ੍ਰੋਸੈਸ ਬਾਕਸ ਨੇ ਆਪਣਾ ਆਕਾਰ ਬਦਲ ਦਿੱਤਾ ਹੈ। ਹੁਣ ਇੱਕੋ ਸਮੇਂ ਕੰਟਰੋਲ ਜ਼ੈਡ ਬਟਨ ਦਬਾ ਕੇ ਇਸ ਪ੍ਰਕਿਰਿਆ ਨੂੰ ਅਨਡੂ ਕਰਦੇ ਹਾਂ। ਦੁਬਾਰਾ ਟੈਕਸਟ ਚੁਣਦੇ ਹਾਂ।
ਮੇਨ ਮੈਨਿਊ ਉੱਤੇ ਜਾਓ ਅਤੇ ਫਾਰਮੈਟ ਚੁਣੋ ਅਤੇ ਟੈਕਸਟ ਉੱਤੇ ਕਲਿੱਕ ਕਰੋ। ਟੈਕਸਟ ਡਾਇਲੌਗ ਬਾਕਸ ਖੁੱਲ੍ਹਦਾ ਹੈ। ਹੁਣ ਵਰਡ ਰੈਪ ਟੈਕਸਟ ਇਨ ਸ਼ੇਪ ਵਿਕਲਪ ਦੀ ਜਾਂਚ ਕਰਦੇ ਹਾਂ। ਓਕੇ ਉੱਤੇ ਕਲਿੱਕ ਕਰੋ। ਪ੍ਰੋਸੈਸ ਬਾਕਸ ਦੀ ਸ਼ੇਪ ਵਿੱਚ ਫਿੱਟ ਹੋਣ ਲਈ ਟੈਕਸਟ ਆਪਣੇ ਆਪ ਐਡਜਸਟ ਹੋ ਗਿਆ ਹੈ। ਉਸੀ ਤਰ੍ਹਾਂ ਨਾਲ ਪਹਿਲਾਂ ਵਾਲੇ ਦੇ ਹੇਠਾਂ ਇੱਕ ਪ੍ਰੋਸੈਸ ਬਾਕਸ ਬਣਾਓ। ਇਸ ਦੇ ਅੰਦਰ ਟੈਕਸਟ ਕ੍ਰੀਏਟ ਸਕ੍ਰਿਪਟਸ ਇਨਸਰਟ ਕਰੋ। ਹੁਣ ਇੱਕ ਡਿਸੀਜਨ ਬਾਕਸ ਬਣਾਓ ਅਤੇ ਇਸ ਦੇ ਅੰਦਰ ਟੈਕਸਟ ਰਿਵਿਊ ਓਕੇ ਇਨਸਰਟ ਕਰੋ। ਡਿਸੀਜਨ ਬਾਕਸ ਇੱਕ ਫੈਸਲਾ ਦਿਖਾਉਂਦਾ ਹੈ ਜੋ ਕੀਤਾ ਜਾਣਾ ਹੈ। ਇਹ ਸਾਨੂੰ ਫੈਸਲਾ ਦੇ ਆਧਾਰ ਉੱਤੇ ਅਗਲੀ ਪ੍ਰਕਿਰਿਆ ਲਈ ਨਿਰਦੇਸ਼ਿਤ ਕਰਦਾ ਹੈ। ਹੁਣ ਡਿਸੀਜਨ ਬਾਕਸ ਦੇ ਹੇਠਾਂ ਇੱਕ ਹੋਰ ਪ੍ਰੋਸੈਸ ਬਾਕਸ ਬਣਾਉਂਦੇ ਹਾਂ। ਹੁਣ ਇਸ ਦੇ ਅੰਦਰ ਟੈਕਸਟ ਰਿਕਾਰਡ ਵੀਡੀਓ ਇਨਸਰਟ ਕਰਦੇ ਹਾਂ। ਅੱਗੇ ਇੱਥੇ ਸਾਨੂੰ ਟੈਕਸਟ ਰਿਵਿਊ ਓਕੇ ਦੇ ਨਾਲ ਇੱਕ ਹੋਰ ਡਿਸੀਜਨ ਬਾਕਸ ਦੀ ਜ਼ਰੂਰਤ ਹੈ। ਹੁਣ ਉਹ ਡਿਸੀਜਨ ਬਾਕਸ ਜੋ ਅਸੀਂ ਪਹਿਲਾਂ ਬਣਾਇਆ ਕਾਪੀ ਕਰੋ ਅਤੇ ਇੱਥੇ ਰੱਖੋ। ਸੋ ਡਿਸੀਜਨ ਬਾਕਸ ਚੁਣੋ ਅਤੇ ਇੱਕੋ ਸਮੇਂ ਕੰਟਰੋਲ ਸੀ ਬਟਨ ਦਬਾਓ। ਹੁਣ ਇੱਕੋ ਸਮੇਂ ਕੰਟਰੋਲ ਵੀ ਬਟਨ ਦਬਾਓ। ਹੁਣ ਇਸ ਬਾਕਸ ਨੂੰ ਪਿਛਲੇ ਪ੍ਰੋਸੈਸ ਬਾਕਸ ਦੇ ਹੇਠਾਂ ਮੂਵ ਕਰੋ। ਹੁਣ ਇਸ ਦੇ ਅੰਦਰ ਟੈਕਸਟ ਰਿਵਿਊ ਓਕੇ ਇਨਸਰਟ ਕਰੋ। ਅਖੀਰ ਵਿੱਚ ਹੁਣ ਫਲੋ ਚਾਰਟ ਕਨੈਕਟਰ ਬਣਾਓ ਅਤੇ ਉਸ ਵਿੱਚ ਏ ਟਾਈਪ ਕਰੋ। ਫਲੋ ਚਾਰਟ ਕਨੈਕਟਰ ਫਲੋ ਚਾਰਟ ਦੇ ਦੋ ਭਾਗਾਂ ਨੂੰ ਜੋੜਦਾ ਹੈ। ਹੁਣ ਮੰਨੋ ਕਿ ਫਲੋ ਚਾਰਟ ਦਾ ਪਹਿਲਾ ਭਾਗ ਇੱਕ ਪੇਜ ਉੱਤੇ ਹੈ ਅਤੇ ਦੂਜਾ ਭਾਗ ਦੂਜੇ ਪੇਜ ਉੱਤੇ ਹੈ। ਅਸੀਂ ਪਹਿਲਾਂ ਪੇਜ ਉੱਤੇ ਫਲੋ ਚਾਰਟ ਦੇ ਅੰਤ ਵਿੱਚ ਇੱਕ ਫਲੋ ਚਾਰਟ ਕਨੈਕਟਰ ਬਣਾਉਂਦੇ ਹਾਂ। ਫਿਰ ਅਸੀਂ ਉਹੀ ਕਨੈਕਟਰ ਦੂਜੇ ਪੇਜ ਦੀ ਸ਼ੁਰੂਆਤ ਵਿੱਚ ਬਣਾਉਂਦੇ ਹਾਂ। ਆਬਜੈਕਟਸ ਨੂੰ ਜੋੜਨ ਤੋਂ ਪਹਿਲਾਂ ਅਸੀਂ ਡਰਾਅ ਵਿੱਚ ਕਨੈਕਟਰ ਲਾਈਨਸ ਅਤੇ ਗਲੂ ਪੁਆਇੰਟਸ ਦੇ ਬਾਰੇ ਵਿੱਚ ਸਿੱਖਦੇ ਹਾਂ। ਕਨੈਕਟਰਸ ਲਾਈਨਸ ਜਾਂ ਐਰੋਜ਼ ਹੁੰਦੇ ਹਨ ਜਿਸ ਦੇ ਕਿਨਾਰੇ ਆਬਜੈਕਟ ਨਾਲ ਜੁੜੇ ਹੋਏ ਜਾਂ ਬੰਨੇ ਹੋਏ ਹੁੰਦੇ ਹਨ। ਗਲੂ ਪੁਆਇੰਟਸ ਜਿਵੇਂ ਕਿ ਨਾਮ ਦਰਸਾਉਂਦਾ ਹੈ, ਉਹ ਪੁਆਇੰਟਸ ਹੁੰਦੇ ਹਨ ਜੋ ਕਨੈਕਟਰਸ ਨੂੰ ਆਬਜੈਕਟਸ ਨਾਲ ਜੋੜਦੇ ਹਨ। ਸਾਰੇ ਆਬਜੈਕਟਸ ਗਲੂ ਪੁਆਇੰਟਸ ਰੱਖਦੇ ਹਨ। ਇਹ ਅਦ੍ਰਿਸ਼ ਹੁੰਦੇ ਹਨ। ਇਹ ਤਦ ਤੱਕ ਦਿਸਦੇ ਹਨ ਜਦੋਂ ਡਰਾਇੰਗ ਟੂਲ ਬਾਰ ਵਿੱਚੋਂ ਕਨੈਕਟਰ ਚੁਣਿਆ ਹੁੰਦਾ ਹੈ ਜਾਂ ਜਦੋਂ ਇੱਕ ਮਾਊਸ ਪੁਆਇੰਟਰ ਆਬਜੈਕਟ ਉੱਤੇ ਮੂਵ ਹੁੰਦਾ ਹੈ। ਗਲੂ ਪੁਆਇੰਟਸ ਹੈਂਡਲਸ ਦੇ ਸਮਾਨ ਨਹੀਂ ਹੁੰਦੇ ਹਨ। ਅਸੀਂ ਆਬਜੈਕਟਸ ਨੂੰ ਰੀਸਾਈਜ਼ ਕਰਨ ਲਈ ਹੈਂਡਲਸ ਦਾ ਪ੍ਰਯੋਗ ਕਰਦੇ ਹਾਂ। ਗਲੂ ਪੁਆਇੰਟਸ ਕਨੈਕਟਰ ਨੂੰ ਆਬਜੈਕਟ ਨਾਲ ਜੋੜਨ ਵਿੱਚ ਪ੍ਰਯੋਗ ਹੁੰਦੇ ਹਨ। ਹੁਣ ਕਨੈਕਟਰਸ ਦਾ ਪ੍ਰਯੋਗ ਕਰਕੇ ਫਲੋ ਚਾਰਟ ਵਿੱਚ ਆਬਜੈਕਟਸ ਨੂੰ ਜੋੜਦੇ ਹਾਂ। ਡਰਾਇੰਗ ਟੂਲ ਬਾਰ ਉੱਤੇ ਜਾਓ ਅਤੇ ਕਨੈਕਟਰ ਚੁਣੋ। ਵੱਖ ਵੱਖ ਤਰ੍ਹਾਂ ਦੇ ਕਨੈਕਟਰਸ ਨੂੰ ਦੇਖਣ ਲਈ ਛੋਟੇ ਕਾਲੇ ਤਿਕੋਣ ਉੱਤੇ ਕਲਿੱਕ ਕਰੋ। ਹੁਣ ਸਟ੍ਰੇਟ ਕਨੈਕਟਰਸ ਐਂਡਸ ਵਿਦ ਐਰੋ ਵਿਕਲਪ ਚੁਣਦੇ ਹਾਂ। ਜਦੋਂ ਤੁਸੀਂ ਕਨੈਕਟਰ ਚੁਣਦੇ ਹੋ ਤਾਂ ਤੁਸੀਂ ਡਰਾਅ ਪੇਜ ਵਿੱਚ ਸਾਰੇ ਆਬਜੈਕਟਸ ਉੱਤੇ ਕ੍ਰੋਸ ਮਾਰਕਸ ਦੇਖੋਗੇ। ਇਹ ਗਲੂ ਪੁਆਇੰਟਸ ਹਨ। ਹੁਣ ਪਹਿਲੇ ਪ੍ਰੋਸੈਸ ਬਾਕਸ ਦੇ ਗਲੂ ਪੁਆਇੰਟ ਤੋਂ ਅਗਲੇ ਪ੍ਰੋਸੈਸ ਬਾਕਸ ਦੇ ਗਲੂ ਪੁਆਇੰਟ ਤੱਕ ਇੱਕ ਲਕੀਰ ਬਣਾਉਂਦੇ ਹਾਂ। ਅਸੀਂ ਕਨੈਕਟਰਸ ਦਾ ਪ੍ਰਯੋਗ ਕਰਕੇ ਸਾਰੇ ਫਲੋ ਚਾਰਟ ਆਬਜੈਕਟਸ ਨੂੰ ਉੱਤੋਂ ਹੇਠਾਂ ਵੱਲ ਜੋੜਾਂਗੇ। ਤੁਸੀਂ ਵੇਖੋਗੇ ਕਿ ਤੁਸੀਂ ਜਿੱਥੇ ਵੀ ਕਰਸਰ ਰੱਖਦੇ ਹੋ, ਹਰ ਇੱਕ ਲਕੀਰ ਆਪਣੇ ਆਪ ਹੀ ਨਜ਼ਦੀਕੀ ਗਲੂ ਪੁਆਇੰਟ ਉੱਤੇ ਜੁੜ ਜਾਂਦੀ ਹੈ। ਹੁਣ ਪ੍ਰੋਸੈਸ ਅਤੇ ਡਿਸੀਜਨ ਬਾਕਸਿਸ ਨੂੰ ਜੋੜਦੇ ਹਾਂ। ਡਰਾਇੰਗ ਟੂਲ ਬਾਰ ਵਿੱਚੋਂ ਕਨੈਕਟਰ ਐਂਡਸ ਵਿਦ ਐਰੋ ਵਿਕਲਪ ਚੁਣੋ। ਹੁਣ ਪ੍ਰੋਸੈਸ ਬਾਕਸ ਵਿੱਚੋਂ ਡਿਸੀਜਨ ਬਾਕਸ ਨੂੰ ਜੋੜਦੇ ਹਾਂ। ਉਸੇ ਪ੍ਰਕਾਰ ਹੁਣ ਡਿਸੀਜਨ ਬਾਕਸ ਨੂੰ ਅਗਲੇ ਪ੍ਰੋਸੈਸ ਬਾਕਸ ਨਾਲ ਜੋੜਦੇ ਹਾਂ। ਤੁਸੀਂ ਕਨੈਕਟਰ ਉੱਤੇ ਟੈਕਸਟ ਵੀ ਜੋੜ ਸਕਦੇ ਹੋ। ਡਿਸੀਜਨ ਬਾਕਸ ਵਿੱਚੋਂ ਪ੍ਰੋਸੈਸ ਬਾਕਸ ਵਾਲੇ ਕਨੈਕਟਰ ਉੱਤੇ ਹੁਣ ਨੋ ਟਾਈਪ ਕਰਦੇ ਹਾਂ। ਕਨੈਕਟਰ ਚੁਣਨ ਦੇ ਲਈ ਇਸ ਉੱਤੇ ਡਬਲ ਕਲਿੱਕ ਕਰੋ। ਸਿਰੇ ਦੇ ਕੰਟਰੋਲ ਪੁਆਇੰਟਸ ਸਰਗਰਮ ਹੋ ਜਾਂਦੇ ਹਨ ਅਤੇ ਟੈਕਸਟ ਕਰਸਰ ਦਿਸਦਾ ਹੈ। ਹੁਣ ਟੈਕਸਟ ਨੋ ਟਾਈਪ ਕਰਦੇ ਹਾਂ। ਹੁਣ ਹੋਰ ਕਨੈਕਟਰ ਲਈ ਇਹ ਇੱਕ ਵਾਰ ਹੋਰ ਕਰਦੇ ਹਾਂ। ਅਸੀਂ ਇੱਕ ਸਰਲ ਫਲੋ ਚਾਰਟ ਬਣਾਇਆ ਹੈ।
ਹੁਣ ਕੰਟਰੋਲ ਐਸ ਬਟਨ ਦਬਾ ਕੇ ਆਪਣਾ ਫਲੋ ਚਾਰਟ ਸੇਵ ਕਰਦੇ ਹਾਂ। ਤੁਸੀਂ ਲਾਈਨਸ ਅਤੇ ਐਰੋਜ਼ ਦਾ ਪ੍ਰਯੋਗ ਕਰਕੇ ਵੀ ਆਬਜੈਕਟਸ ਨੂੰ ਜੋੜ ਸਕਦੇ ਹੋ, ਲੇਕਿਨ ਉਸ ਹਾਲਤ ਵਿੱਚ ਤੁਹਾਨੂੰ ਆਬਜੈਕਟਸ ਦਾ ਸਮੂਹ ਬਣਾਉਣਾ ਚਾਹੀਦਾ ਹੈ। ਇਹ ਇਸ ਲਈ ਹੈ ਕਿਉਂਕਿ ਐਰੋਜ਼ ਆਬਜੈਕਟਸ ਨਾਲ ਜੁੜੇ ਨਹੀਂ ਰਹਿ ਸਕਦੇ। ਕਨੈਕਟਰਸ ਲਾਈਨਸ ਅਤੇ ਐਰੋਜ਼ ਤੋਂ ਵੱਖਰੇ ਕਿਵੇਂ ਹੁੰਦੇ ਹਨ? ਕਨੈਕਟਰਸ ਲਾਈਨਸ ਜਾਂ ਐਰੋਜ਼ ਹੁੰਦੇ ਹਨ ਜਿਸ ਦੇ ਸਿਰੇ ਆਬਜੈਕਟ ਦੇ ਨਾਲ ਗਲੂ ਪੁਆਇੰਟਸ ਦੇ ਨਾਲ ਆਪਣੇ ਆਪ ਹੀ ਜੁੜੇ ਹੁੰਦੇ ਹਨ। ਦੂਜੇ ਪਾਸੇ ਲਾਈਨਸ ਅਤੇ ਐਰੋਜ਼ ਆਪਣੇ ਆਪ ਨਹੀਂ ਜੁੜਦੇ ਹਨ। ਇਸ ਟਿਊਟੋਰੀਅਲ ਨੂੰ ਰੋਕੋ ਅਤੇ ਇਹ ਅਸਾਈਨਮੈਂਟ ਕਰੋ। ਸਪੋਕਨ ਟਿਊਟੋਰੀਅਲ ਫਲੋ ਚਾਰਟ ਦਾ ਦੂਜਾ ਭਾਗ ਬਣਾਓ। ਪ੍ਰੋਸੈਸਿਸ ਬਾਕਸਿਸ ਨੂੰ ਰੰਗ ਕਰੋ। ਅੱਖਰ ਏ ਦੇ ਨਾਲ ਕਨੈਕਟਰ ਬਣਾਓ। ਇਹ ਇਸ ਫਲੋ ਚਾਰਟ ਵਿੱਚ ਪਹਿਲਾ ਆਬਜੈਕਟ ਹੋਣਾ ਚਾਹੀਦਾ ਹੈ। ਇਹ ਇਸ ਪ੍ਰਕਾਰ ਦਿਖਣਾ ਚਾਹੀਦਾ ਹੈ। ਅਸੀਂ ਇਸ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ। ਇਸ ਟਿਊਟੋਰੀਅਲ ਵਿੱਚ ਤੁਸੀਂ ਇਹਨਾਂ ਦੇ ਬਾਰੇ ਵਿੱਚ ਸਿੱਖਿਆ, ਫਲੋ ਚਾਰਟਸ, ਕਨੈਕਟਰਸ, ਗਲੂ ਪੁਆਇੰਟਸ। ਹੇਠਾਂ ਦਿੱਤੇ ਲਿੰਕ ਉੱਤੇ ਉਪਲਬਧ ਵੀਡੀਓ ਦੇਖੋ। ਇਹ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸਪੋਰਟ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲਬਧ ਹੈ। IIT ਬੰਬੇ ਵੱਲੋਂ ਮੈਂ ਨਵਦੀਪ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਇਸ ਟਿਊਟੋਰੀਅਲ ਨੂੰ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਧੰਨਵਾਦ।